ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜ ਸੇਵੀਆਂ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਫਸਟ ਵੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਪ੍ਰੋਗਰਾਮ ਰੂਬਰੂ ਵਿੱਚ ਤੁਹਾਡੇ ਸਨਮੁਖ ਕਰਦੇ ਰਹੀਏ। ਅੱਜ ਅਸੀਂ ਤੁਹਾਡੀ ਮੁਲਾਕਾਤ ਸਾਹਨੇਵਾਲ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਸਵਰਨ ਸਿੰਘ ਸੰਧੂ ਜੀ ਨਾਲ ਕਰਵਾ ਰਹੇ ਹਾਂ, ਜੋ ਇੱਕ ਆਗੂ ਹੋਣ ਦੇ ਨਾਲ ਨਾਲ ਇੱਕ ਉੱਘੇ ਸਮਾਜ ਸੇਵੀ ਵੀ ਹਨ। ਆਓ ਸੁਣੀਏ ਉਹਨਾਂ ਦੇ ਵਿਚਾਰ ਸਾਡੇ ਚੀਫ ਰਿਪੋਰਟਰ ਅਰਪ੍ਰੀਤ ਸਪਾਲ ਦੇ ਨਾਲ। ਤੁਸੀਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਹੇ ਹੋ, ਇਸ ਬਾਰੇ ਜ਼ਰੂਰ ਚਾਨਣਾ ਪਾਉਣ। ਮੈਂ ਸਮੂਹ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਅਰਜ ਕਰਦਾ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਮੈਂ ਧੰਨਵਾਦ ਕਰਦਾ ਫਸਟ ਵੇ ਟੀਮ ਦਾ, ਚੈਨਲ ਦਾ, ਜਿਨ੍ਹਾਂ ਨੇ ਅੱਜ ਮੇਰੀ ਇੰਟਰਵਿਊ ਲੈਣ ਦੇ ਤੌਰ 'ਤੇ ਆਏ ਨੇ। ਮੈਂ ਵਿਸ਼ੇਸ਼ ਤੌਰ 'ਤੇ ਇਹਨਾਂ ਦਾ ਧੰਨਵਾਦ। ਮੈਂ ਮੈਡਮ ਬਚਪਨ ਤੋਂ ਹੀ ਖਿਡਾਰੀ ਰਿਹਾ, ਜਦਕਿ ਸਕੂਲ ਦੇ ਦੌਰ 'ਚ ਮੈਂ 7ਵੀਂ 8ਵੀਂ ਤੋਂ ਲਾ ਕੇ ਆਪਣੇ ਸਾਹਨੇਵਾਲ ਹਾਈ ਸਕੂਲ ਦੇ ਵਿੱਚ ਮੈਂ 8ਵੀਂ ਜਮਾਤ 'ਚ ਪੜ੍ਹਦਾ ਸੀਗਾ ਅਤੇ ਅਸੀਂ ਕਬੱਡੀ ਇੱਥੇ ਜ਼ਿਲ੍ਹੇ ਦੀ ਟੀਮ, ਅਸੀਂ ਪਹਿਲੀ ਗੇ ਡਿਸਟ੍ਰਿਕਟ 'ਚੋਂ ਪੂਰੇ ਜ਼ਿਲ੍ਹੇ 'ਚੋਂ ਸੈਕਿੰਡ ਆਏ ਕਬੱਡੀ ਨੈਸ਼ਨਲ ਸਟਾਈਲ 'ਚੋਂ। ਅਤੇ ਮੈਨੂੰ ਪੰਜਾਬ ਦੀ ਟੀਮ ਲਈ ਚੁਣਿਆ ਗਿਆ ਸੀ, ਜਿਹੜਾ ਕਿ ਇੰਡੀਆ ਦਾ ਟੂਰਨਾਮੈਂਟ ਹੋਇਆ ਸੀਗਾ ਉੜੀਸਾ 'ਚ। ਮੈਂ ਪੰਜਾਬ ਦੀ ਟੀਮ 'ਚ ਸਕੂਲਾਂ ਦੇ ਵਿੱਚ ਰਹਿੰਦਾ ਹੋਇਆ ਇੰਡੀਆ ਦਾ ਟੂਰਨਾਮੈਂਟ 2 ਵਾਰ ਜਾ ਕੇ ਖੇਡਿਆ ਹਾਂ ਅਤੇ 2 ਵਾਰ ਅਸੀਂ ਪਹਿਲੇ ਗਏ ਸਾਹਨੇਵਾਲ ਡਿਸਟ੍ਰਿਕਟ 'ਚੋਂ ਸੈਕਿੰਡ ਆਏ ਸੀ, ਦੂਜੇ ਗਿਆ ਵਾਰ ਅਸੀਂ ਡਿਸਟ੍ਰਿਕਟ ਦੇ ਵਿੱਚੋਂ ਸਾਡੀ ਟੀਮ ਫਸਟ ਆਈ ਸੀ ਸਾਹਨੇਵਾਲ ਸਕੂਲਾਂ 'ਚ, ਅਤੇ 2 ਵਾਰ ਮੈਂ ਪੰਜਾਬ ਦੀ ਟੀਮ 'ਚ ਜਾ ਕੇ ਇੰਡੀਆ ਦਾ ਟੂਰਨਾਮੈਂਟ ਖੇਡ ਕੇ ਆ ਚੁੱਕਿਆ। ਉਹ ਤੋਂ ਬਾਅਦ ਫਿਰ ਮੈਂ ਕਾਲਜ ਦੇ ਵਿੱਚ ਬੌਂਦਲੀ ਕਾਲਜ ਸਮਰਾਲਾ, ਉੱਥੇ ਅਸੀਂ 2 ਸਾਲ ਕਬੱਡੀ ਦੀ ਚੈਂਪੀਅਨਸ਼ਿਪ ਜਿੱਤੀ ਅਤੇ ਲਗਾਤਾਰ। ਉਸ ਤੋਂ ਬਾਅਦ ਫਿਰ ਸਾਨੂੰ ਡੀ ਏ ਵੀ ਕਾਲਜ ਚੰਡੀਗੜ੍ਹ ਵਾਲੇ ਲੈ ਗਏ, ਫਿਰ 2 ਸਾਲ ਅਸੀਂ ਡੀ ਏ ਵੀ ਕਾਲਜ ਜਾ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚੋਂ 2 ਸਾਲ ਉੱਥੇ ਜਾ ਕੇ ਚੈਂਪੀਅਨਸ਼ਿਪ ਜਿੱਤੀ। ਇਤਿਹਾਸ 'ਚ ਮੇਰਾ ਖਿਆਲ ਆ ਵੀ ਸਾਡੇ ਕੋਲ 10-12 ਬੰਦੇ ਆ ਜਿਨ੍ਹਾਂ ਕੋਲ ਲਗਾਤਾਰ 4 ਸਾਲ ਯੂਨੀਵਰਸਿਟੀ 'ਚੋਂ ਵਿਨਰ ਆਉਣ ਦੇ ਸਰਟੀਫਿਕੇਟ ਨੇ। ਉਹ ਮੇਰੇ ਨਾਲ 3-4 ਮੇਰੇ ਦੋਸਤ ਸਾਹਨੇਵਾਲ ਦੇ ਸੀਗੇ, ਸੁਖਦੇਵ ਸਿੰਘ ਪ੍ਰੋਫੈਸਰ ਨੇ, ਅੱਜ ਕੱਲ੍ਹ ਕੈਨੇਡਾ 'ਚ ਨੇ, ਉਹ ਖਾਲਸਾ ਕਾਲਜ ਕੁੜੀਆਂ ਦੇ ਪੜ੍ਹਾਉਂਦੇ ਆ, ਅਤੇ ਸਤਿੰਦਰਪਾਲ ਗੋਲਡੀ ਆ, ਉਹ ਇੰਗਲੈਂਡ ਦਾ ਕਬੱਡੀ ਐਸੋਸੀਏਸ਼ਨ ਦਾ ਚੇਅਰਮੈਨ ਆ। ਖਿਡਾਰੀ ਵੀ ਜਿੰਨਾ ਚਿਰ ਅਸੀਂ ਰਹੇ ਉਹ ਇਕੱਠੇ ਖੇਡਦੇ ਰਹੇ ਹਾਂ। ਉਹ ਤੋਂ ਬਾਅਦ ਫਿਰ ਕੁਛ ਮੇਰੇ ਦੋਸਤ ਵਿਦੇਸ਼ਾਂ 'ਚ ਚਲੇ ਗਏ ਅਤੇ ਮੇਰਾ ਕਬੱਡੀ ਦਾ ਸਫ਼ਰ ਜਿਹੜਾ, ਮੇਰੀ ਇੱਕ ਐਕਸੀਡੈਂਟ ਕਬੱਡੀ 'ਚ ਲੱਤ ਟੁੱਟਣ ਕਰਕੇ ਮੈਂ ਕਬੱਡੀ ਤੋਂ ਸਲਿੱਪ ਹੋ ਗਿਆ। ਉਹ ਤੋਂ ਬਾਅਦ ਮੇਰੇ ਦੋਸਤ ਬਾਹਰ ਚਲੇ ਗਏ ਅਤੇ ਮੈਂ ਖੇਡ ਚੁੱਕਿਆ। ਮੈਂ ਇੰਟਰਨੈਸ਼ਨਲ ਕਬੱਡੀ ਤਕੜਾ ਖਿਡਾਰੀ ਸੀਗਾ ਅਤੇ ਕਾਲਜ ਦਾ ਮੈਂ ਬੈਸਟ ਸਟੋਪਰ ਰਿਹਾ ਦੋਸਤ। ਤੁਸੀਂ ਸਾਹਨੇਵਾਲ ਸਪੋਰਟਸ ਕਲੱਬ ਦੇ ਲਗਾਤਾਰ 15 ਸਾਲ ਪ੍ਰਧਾਨ ਬਣਦੇ ਰਹੇ ਹੋ, ਇਸ ਬਾਰੇ ਜਾਣਕਾਰੀ ਦਿਓ ਸਾਨੂੰ। ਅਸਲ ਮੈਡਮ ਮੈਂ ਸਪੋਰਟਸਮੈਨ ਹੋਣ ਦੇ ਨਾਤੇ ਸਾਡੀ ਜਿਹੜੀ ਟੀਮ ਸੀ ਸਾਹਨੇਵਾਲ ਦੀ, ਜਿੱਥੋਂ ਸਪੋਰਟਸ ਕਲੱਬ ਬਣੀ ਆ, ਉਹਦੇ ਸਭ ਤੋਂ ਪਹਿਲਾਂ ਪ੍ਰਧਾਨ ਸਾਡੇ ਸਤਿੰਦਰਪਾਲ ਗੋਲਡੀ ਸੀਗੇ, ਜਿਹੜੇ ਅੱਜ ਕੱਲ੍ਹ ਯੂਕੇ 'ਚ ਨੇ। ਉਹ ਯੂਕੇ ਦੇ ਸਾਰੀਆਂ ਕਲੱਬਾਂ ਦੇ ਅਤੇ ਚੇਅਰਮੈਨ ਵੀ ਨੇ, ਅਤੇ ਇਸ ਕਰਕੇ ਅਸੀਂ ਜਿੰਨੇ ਸਪੋਰਟਸਮੈਨ ਸੀਗੇ, ਉਹ ਤੋਂ ਬਾਅਦ ਭੁਪਿੰਦਰ ਬਿੰਦੀ, ਉਹ ਕੈਨੇਡਾ 'ਚ ਨੇ, ਇਹ ਅਸੀਂ ਸਾਡੀ ਇੱਕ ਸਪੋਰਟਸ ਦੀ ਸਾਰੀ ਟੀਮ ਸੀ, ਜਿਹੜੇ ਅਸੀਂ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਸੀ, ਅਸੀਂ ਸਾਹਨੇਵਾਲ ਦੇ ਵਸਿੰਦੇ ਸੀ। ਉਹ ਬਾਹਰ ਚਲੇ ਗਏ, ਉਹ ਤੋਂ ਬਾਅਦ ਮੈਨੂੰ ਪ੍ਰਧਾਨਗੀ ਦਾ ਤਾਜ ਮੇਰੇ ਸਿਰ ਪਾਤਾ ਅਤੇ ਮੇਰੀ ਜ਼ਿੰਮੇਵਾਰੀ ਸੰਭਾਲਤੀ। ਅਤੇ ਕਾਫੀ ਵੱਡਾ ਸਾਡਾ ਜਿਹੜਾ ਖੇਡ ਮੇਲਾ ਸੀਗਾ, ਇਹ ਪੰਜਾਬ ਦੇ ਵਿੱਚੋਂ 2 ਖੇਡ ਮੇਲੇ ਨੇ, ਜਿਹੜਾ ਇੱਕ ਕਿਲਾ ਰੈਪਰ ਅਤੇ ਇੱਕ ਸਾਹਨੇਵਾਲ। ਨਹੀਂ, ਹਰ ਪਿੰਡ ਗੇਮਾਂ ਤਾਂ ਹੁੰਦੀਆਂ ਨੇ, ਉਹ ਇੱਕ ਇੱਕ ਗੇਮ ਦੀ ਗੇਮ ਕਰਾਉਂਦੇ ਆ। ਇਹ ਜਿਹੜੇ 2 ਇਤਿਹਾਸਿਕ ਮਿੰਨੀ ਓਲੰਪਿਕ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਸਾਡਾ ਸਾਹਨੇਵਾਲ ਦਾ ਖੇਡ ਮੇਲਾ। ਅਤੇ ਇਸ ਖੇਡ ਮੇਲੇ ਦੇ ਵਿੱਚ ਤਾਂ ਮਿੰਨੀ ਓਲੰਪਿਕ ਦਾ ਰੂਪ ਦਿੱਤਾ ਸੀ ਕਿ ਉਹਦੇ ਵਿੱਚ ਗੇਮਾਂ ਸਾਰੀਆਂ ਹੁੰਦੀਆਂ ਸੀ, ਜਿਨ੍ਹਾਂ ਦਾ ਨਾਲ ਮੈਨੂੰ ਸਹਿਯੋਗ ਚੱਲਿਆ ਆ। ਇਸ ਲੰਬਾ ਅਰਸਾ ਫਿਰ ਮੈਂ ਇਹਦੀ ਸਾਹਨੇਵਾਲ ਦੀ ਮੈਂ ਤਨ ਮਨ ਧਨ ਨਾਲ ਇਸ ਖੇਡ ਮੇਲੇ ਨੂੰ, ਉਪਰਾਲੇ ਨੂੰ ਬਹੁਤ ਵੱਡੇ ਬੁਲੰਦੀਆਂ 'ਤੇ ਚੱਕਣ ਦਾ ਇਹ ਸਪੋਰਟਸ ਮੈਂ ਤਾਂ ਹੀ ਲੰਬਾ ਅਰਸਾ ਪ੍ਰਧਾਨ ਰਿਹਾ ਹਾਂ ਸਾਹਨੇਵਾਲ ਦੀਆਂ ਗੇਮਾਂ ਦਾ। ਸਾਨੂੰ ਉਸ ਦੌਰ ਬਾਰੇ ਦੱਸੋ ਜਦੋਂ ਜਗੀਰ ਸਿੰਘ ਦਰਦ MP ਸਨ ਅਤੇ ਮਲਕੀਤ ਸਿੰਘ ਵੀਰਮੀ ਕੈਬਨਿਟ ਮੰਤਰੀ ਸਨ। ਉਹਨਾਂ ਦੇ ਜੋ 7 ਕੌਂਸਲਰ ਸੀਗੇ ਉਹ ਹਾਰ ਗਏ ਸੀ, ਤੁਹਾਡੇ 6 ਕੌਂਸਲਰ ਜਿੱਤ ਗਏ ਸੀ, ਉਹ ਘਟਨਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਉਹ ਜੀ ਜਿਹੜੀ ਤੁਸੀਂ ਗੱਲ ਪੁੱਛੀ ਹੈ, ਅਤੇ ਬੜਾ ਇਹਦਾ ਲੰਬਾ ਇਤਿਹਾਸ ਆ। ਸਰਦਾਰ ਜਗੀਰ ਸਿੰਘ ਦਰਦ ਸਾਡੇ ਇਸ ਸ਼ਹਿਰ ਦੇ MP ਸੀ ਅਤੇ ਮਲਕੀਤ ਸਿੰਘ ਵੀਰਮੀ ਇੱਥੇ ਕੈਬਨਿਟ ਮੰਤਰੀ ਸੀ। ਇਹਨਾਂ ਦੋਹਾਂ ਦਾ ਆਪਸ 'ਚ ਘੱਟ ਉਕਲੇ
ਦੋਨਾਂ ਦੀ ਆਪਸ ਵਿੱਚ ਖਿੱਚੋ ਤਾਣ ਬੜੀ ਚੱਲਦੀ ਸੀਗੀ ਅਤੇ ਜੇ ਕੋਈ ਦਰ ਸਾਹਿਬ ਕੰਮ ਕਰਾਉਂਦੇ ਸੀ ਤਾਂ ਮਲਕੀਤ ਸਿੰਘ ਬੀਰਮੀ ਰੋਕਦੇ ਸੀ ਸਿਆਸੀ ਇੱਕ ਇਹਨਾਂ ਦੀ ਕੋਈ ਕਿੜ ਸੀ ਉਹ ਸਾਨੂੰ ਨਹੀਂ ਸਮਝ ਆਈ ਕੀ ਸੀ ਇਹਨਾਂ ਦੇ ਆਪਸ ਵਿੱਚ ਢੇਰਬਾਜ਼ੀ ਕਾਰਨ ਮਲਕੀਤ ਸਿੰਘ ਕੈਬਨਿਟ ਮੰਤਰੀ ਦਾ ਕਾਫੀ ਸ਼ਹਿਰ ਦੇ ਵਿੱਚ ਇਸ ਗੱਲ ਦਾ ਨੁਕਸਾਨ ਹੋਇਆ ਵੀ ਧੜੇਬਾਜ਼ੀ 'ਚੋਂ ਲੋਕ ਪਬਲਿਕ ਬੜੀ ਇਸ ਗੱਲ ਤੋਂ ਨਿਰਾਸ਼ਾ ਹੋਈ ਵੀ ਜਿਹੜੇ ਮਲਕੀਤ ਸਿੰਘ ਬੀਰਮੀ ਦੇ ਇੱਥੇ ਕੰਮ ਉਸ ਸਮੇਂ ਕੰਮ ਕਰਨ ਦਾ ਔਰ ਬਾਹਰ ਮੈਂ ਤਾਂ ਉੱਦਾਂ ਦਾ ਐੱਮ ਐੱਲ ਏ ਸਾਡੇ ਹਲਕੇ 'ਚ ਆਇਆ ਨਹੀਂ ਅਤੇ ਬੜਾ ਧੜੱਲੇਦਾਰ ਐੱਮ ਐੱਲ ਏ ਆ ਮੈਂ ਅੱਜ ਵੀ ਉਹਦੀ ਸਿਫਤ ਕਰਦਾ ਅਤੇ ਉਹ ਕਿਸੇ ਵੀ ਬਦੌਲਤ ਨਹੀਂ ਪੰਜਾਬ 'ਚ ਚੰਗੇ ਸਿਰ ਕੱਢ ਐੱਮ ਐੱਲ ਏਆਂ 'ਚੋਂ ਉਹ ਐੱਮ ਐੱਲ ਏ ਸੀ ਪਰ ਉਸ ਦਾ ਇੱਕ ਨਿਘਾਰ ਦਾ ਜਿਹੜਾ ਕਾਰਨ ਆਇਆ ਵੀ ਉਹਦੀਆਂ ਉਹਨੂੰ ਇਹ 7 ਸੀਟਾਂ ਆਪ ਅਤੇ 6 ਟਿਕਟਾਂ ਉਹਨਾਂ ਨੇ ਮੈਨੂੰ ਦਿੱਤੀਆਂ ਸੀ ਕੌਂਸਲਰ ਵਾਲੇ ਨੂੰ ਉਹਦਾ ਕਾਰਨ ਕੀ ਹੋਇਆ ਜਿਹੜੇ ਉਹਦੇ ਸਲਾਹੂ ਨੇੜੇ ਦੇ ਸਾਡੇ ਇੱਥੇ ਦੇ ਉਹਦੇ ਵਰਕਰ ਸੀ ਉਹ ਬੀਰਵੀ ਸਾਹਿਬ ਨੂੰ ਗਲਤ ਗਾਈਡ ਕਰਦੇ ਆ ਉਹ ਬਈ ਮੇਰੇ ਨੇੜੇ ਐਂ ਨਾ ਹੋ ਜਾਣਾ ਐੱਮ ਪੀ ਸਾਹਿਬ ਅਤੇ ਇਹਨਾਂ ਦਾ ਆਪਸ ਵਿੱਚ ਨੇੜਤਾ ਨਹੀਂ ਹੋਈ ਅਤੇ ਪਬਲਿਕ ਜਿੰਨੀ ਆ ਸ਼ਹਿਰ ਦੀ ਉਹ ਹਰ ਚਾਹੁੰਦੀ ਆ ਵੀ ਸਾਡਾ ਵਿਕਾਸ ਹੋਵੇ ਪਬਲਿਕ ਨੇ ਦੇਖਣਾ ਵੀ ਸਾਡਾ ਕੰਮ ਕਿਵੇਂ ਹੁੰਦੇ ਆ ਕੀ ਆ ਐੱਮ ਪੀ ਸਾਹਿਬ ਨੂੰ ਅਤੇ ਮਲਕੀਤ ਸਿੰਘ ਬੀਰਮੀ ਨੂੰ ਇਹਨਾਂ ਦੀ ਜਿਹੜੀ ਲੜਾਈ ਸੀ ਇਹਨਾਂ ਨੂੰ ਮੈਂ ਇਕੱਠੇ ਕਰਨ ਦਾ ਮੌਕਾ ਮਿਲਿਆ ਪਰ ਉਹਦੇ ਵਿੱਚ ਮੈਂ ਗ੍ਰੇਟਨੈਸ ਸਰਦਾਰ ਮਲਕੀਤ ਸਿੰਘ ਬੀਰਮੀ ਦੀ ਇਹ ਸੀ ਉਹਨਾਂ ਨੇ ਮੇਰੇ ਕਹਿਣ 'ਤੇ ਸਰਦਾਰ ਜਗੀਰ ਸਿੰਘ ਦਰਦ ਕੋਲੋਂ ਆਪਣੇ ਪਿਤਾ ਸਮਾਨ ਮੰਨਦੇ ਹੋਏ ਕਹਿੰਦੇ ਵੀ ਜੋ ਸਿਆਸੀ ਗੱਲਾਂ ਛੱਡ ਕੇ ਵੀ ਦਰ ਸਾਹਿਬ ਮੈਂ ਤੁਹਾਡੇ ਮਾਫ਼ੀ ਮੰਗਦਾ ਤੁਸੀਂ ਮੇਰੇ ਪਿਤਾ ਸਮਾਨ ਹੋ ਵੀ ਆਪਾਂ ਇਹ ਕੰਟਰਾਡਿਕਸ਼ਨ ਛੱਡ ਕੇ ਅਤੇ ਮੈਂ ਉਹਨਾਂ ਦੇ ਵਿੱਚ ਇੱਕ ਮੈਂ ਸਾਹਨੇ ਵਾਲੇ ਸ਼ਹਿਰ ਦਾ ਅੱਛਾ ਮੇਰਾ ਲੋਕਾਂ 'ਚ ਰਸੂਖ ਸੀ ਅਤੇ ਮੈਂ ਸਪੋਰਟਸਮੈਨ ਸੀ ਦੋਨਾਂ ਨੇ ਮੇਰੀ ਗੱਲ ਮੰਨੀ ਅਤੇ ਇਹਨਾਂ ਦੀ ਸੁਲੇ ਹੋ ਗਈ ਇਹਨਾਂ ਦੀ ਸੁਲੇ ਹੋਣ ਦੇ ਕਾਰਨ ਅਤੇ ਬਸ ਕੁਛ ਜਿਵੇਂ ਫਿਰ ਜਿਹੜੇ ਸਿਆਸੀ ਬੰਦਿਆਂ ਨੂੰ ਬੰਦੇ ਪਿੱਛੇ ਇਕੱਠੇ ਨਹੀਂ ਹੋਣ ਦਿੰਦੇ ਇਹ ਅੱਡੋ ਅੱਡ ਹੋ ਗਏ ਫਿਰ ਇਕੱਠੇ ਨਾ ਹੋ ਸਕੇ ਇੱਕ ਦੌਰ 'ਚ ਇਕੱਠੇ ਹੋ ਗਏ ਤੁਰੰਤ ਇਹਨਾਂ ਦੀ ਫਿਰ ਅਣਬਣ ਹੋ ਗਈ ਫਿਰ ਮੈਂ ਮਲਕੀਤ ਸਿੰਘ ਬੀਰਮੀ ਦਾ ਕੋਈ ਕਸੂਰ ਨਹੀਂ ਸੀ ਉਹਦੇ ਨਾਲ ਮੈਂ ਧੜੱਲੇਦਾਰੀ ਤੌਰ 'ਤੇ ਖੜ੍ਹ ਗਿਆ ਅਤੇ ਫਿਰ ਮੈਨੂੰ ਉਹ ਕਹਿਣ ਲੱਗੇ ਵੀ ਸਵਰਨ ਜਾਰ ਵੀ ਇਹ ਹੁਣ ਬੜਾ ਸਾਡਾ ਸ਼ਹਿਰ ਦੇ ਵਿੱਚ ਦੋਨਾਂ ਲੀਡਰਾਂ ਦੇ ਖਿੱਚਤਾਣ ਕਰਕੇ ਲੋਕਾਂ 'ਚ ਬੜੀਆਂ ਨਾਰਾਜ਼ਗੀਆਂ ਸੀਗੀਆਂ ਫਿਰ ਮੈਨੂੰ ਮਲਕੀਤ ਸਿੰਘ ਬੀਰਮੀ ਉਦੋਂ ਕਹਿੰਦੇ ਵੀ ਸਵਰਨ ਤੂੰ ਇੱਥੇ ਖੜ੍ਹ ਵੀ ਤੈਨੂੰ ਸ਼ਹਿਰ ਦਾ ਪ੍ਰਧਾਨ ਬਣਾਓ ਮੈਂ ਉਹਨਾਂ ਦੀ ਉਸੇ ਗੱਲ 'ਤੇ ਕੱਟਦੀ ਮੈਂ ਕਿਹਾ ਮਲਕੀਤ ਬੀਰਮੀ ਸਾਹਿਬ ਜਿਹੜੀ ਤੁਸੀਂ ਮੈਨੂੰ ਸ਼ਹਿਰ ਦੀ ਪ੍ਰਧਾਨਗੀ ਦਾ ਪਹਿਲਾਂ ਨਾ ਦੇ ਤਾ ਵੀ ਤੈਨੂੰ ਸ਼ਹਿਰ ਦਾ ਪ੍ਰਧਾਨ ਬਣਾਓ ਹੁਣ ਮੈਂ ਇਸ ਕਰਕੇ ਕੌਂਸਲਰ ਦੀ ਇਲੈਕਸ਼ਨ ਨਹੀਂ ਲੜਨੀ ਤੁਸੀਂ ਮੇਰੇ ਸ਼ਹਿਰ ਦੇ ਕੌਂਸਲਰ ਕਿੰਨੇ ਤੁਹਾਨੂੰ ਚਾਹੀਦੇ ਨੇ ਮੇਰੇ ਸੇ ਪਾਓ ਮੈਂ ਤੁਹਾਨੂੰ ਉਹਨੇ ਜਿੱਤ ਕੇ ਦਊਂਗਾ ਅਤੇ ਇਸ ਗੱਲ ਨਾਲ ਫਿਰ ਬੀਰਮੀ ਸਾਹਿਬ ਨੇ 6 ਟਿਕਟਾਂ ਮੇਰੇ ਹਿੱਸੇ 'ਚ ਮੈਨੂੰ ਦਿੱਤੀਆਂ ਵੀ ਤੂੰ ਜਿਨ੍ਹਾਂ ਨੂੰ ਮਰਜ਼ੀ 6 ਮੈਂਬਰਾਂ ਨੂੰ ਟਿਕਟਾਂ ਤੇਰੇ ਹਿੱਸੇ 'ਚ ਨੇ ਵੀ 7 ਮੈਂ ਆਪਣੀ ਮਰਜ਼ੀ ਨਾਲ ਦਊਂ ਅਤੇ 7 ਮਲਕੀਤ ਸਿੰਘ ਬੀਰਮੀ ਨੇ ਆਪਣੀ ਮਰਜ਼ੀ ਨਾਲ 7 ਕੌਂਸਲਰਾਂ ਨੂੰ ਉਦੋਂ ਚੰਗੇ ਸ਼ਹਿਰੀ ਨੇ ਉਹਨਾਂ ਦਾ ਮੈਂ ਨਾਂ ਪੇਸ਼ ਕੀਤਾ ਸੀ ਉਸ ਸਮੇਂ ਉਹ 6 ਟਿਕਟਾਂ ਮੇਰੇ 6 ਮੈਂਬਰ ਜਿੱਤੇ ਜਿਨ੍ਹਾਂ ਵਿੱਚੋਂ ਸਰਦਾਰ ਹਰੀ ਸਿੰਘ ਟਰੱਕ ਯੂਨੀਅਨ ਦਾ ਪ੍ਰਧਾਨ ਸੀ ਉਹਨਾਂ ਦੀ ਵਾਈਫ ਦਾ ਮੈਂ ਨਾਂ ਪੇਸ਼ ਕੀਤਾ ਸੀ ਮੇਰੇ ਘਰਾਂ 'ਚੋਂ ਵੀ ਨੇ ਸੂਬੇਦਾਰ ਸੰਤੋਖ ਸਿੰਘ ਚੇਅਰਮੈਨ ਸੀਗੇ ਉਹ ਕਾਂਗਰਸੀ ਪੁਰਾਣੇ ਸੀ ਮੈਂ ਸਿਆਣੇ ਬੰਦੇ ਨੇ ਇਹਨਾਂ ਦਾ ਨਾਂ ਦਓ ਫਿਰ ਮੈਂ ਕਿਹਾ ਉਹਨਾਂ ਦੀ ਇੱਕ ਸੁਰਿੰਦਰ ਕੌਰ ਨੂੰਹ ਸੀਗੀ ਮੈਂ ਕਿਹਾ ਉਹਨਾਂ ਦਾ ਅਕਸ ਚੰਗਾ ਉਹਨਾਂ ਨੂੰ ਦਿਓ ਫਿਰ ਰਾਮਨਾਥ ਸ਼ਰਮਾ ਜੀ ਸੀਗੇ ਮੈਂ ਕਿਹਾ ਇੱਕ ਟਿਕਟ ਉਹਨਾਂ ਨੂੰ ਦਿਓ ਮੈਂ ਨਿਰੋਲ ਕਾਂਗਰਸੀ ਔਰ ਸਹੀ ਸ਼ਹਿਰ ਦੇ ਨੁਮਾਇੰਦਿਆਂ ਦਾ ਨਾਂ ਲਿਆ ਅਤੇ ਉਹਨਾਂ ਦੇ ਸਾਰੇ ਵਾਰਡਾਂ 'ਚ ਮੈਂ ਮਿਹਨਤ ਵੀ ਕੀਤੀ ਅਤੇ ਉਹ ਮੇਰੇ 6 ਹੀ ਕੌਂਸਲਰ ਜਿੱਤੇ ਅਤੇ ਮੇਰੇ 'ਤੇ ਉਹਨਾਂ ਨੇ ਬੜਾ ਫਖਰ ਦੀ ਅਤੇ ਮੈਨੂੰ ਉਹਨਾਂ ਨੇ ਬੜੀ ਇਸ ਗੱਲ ਦੀ ਸ਼ਾਬਾਸ਼ ਵੀ ਦਿੱਤੀ ਵੀ ਸਵਰਨ ਜੇ ਤੇਰੇ ਵਰਗੇ ਵੀ ਜੇ ਸਾਰੇ ਕੌਂਸਲਰ ਐਂ ਇੱਕਜੁੱਟ ਹੋ ਕੇ ਐਂ ਚੱਲਣ ਵੀ ਫਿਰ ਆਹ ਸਾਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ ਫਿਰ ਅਸੀਂ ਗੋਗੀ ਪ੍ਰਧਾਨ ਆਜ਼ਾਦ ਲੜਿਆ ਸੀ ਉਹਨੂੰ ਉੱਧਰੋਂ ਪੱਟ ਕੇ ਅਸੀਂ ਤਾਂ ਸ਼ਹਿਰ ਦਾ ਪ੍ਰਧਾਨ ਉਹ ਕਾਂਗਰਸੀ ਸੀਗਾ ਉਹਨੂੰ ਸ਼ਹਿਰ ਦਾ ਕਾਂਗਰਸ ਪ੍ਰਧਾਨ ਬਣਾਇਆ ਹਾਰ ਗਏ ਸੀਗੇ ਕਾਂਗਰਸ ਸਰਕਾਰ ਚੋਣ ਦੇ ਬਾਵਜੂਦ ਅਤੇ ਉਹ ਤੋਂ ਬਾਅਦ ਆਉਣ ਵਾਲੇ 5 ਸਾਲ ਬਾਅਦ ਫਿਰ ਮੈਨੂੰ ਸ਼ਹਿਰ 'ਚ ਟਿਕਟ ਉਹਨਾਂ ਨੇ ਦਿੱਤੀ ਉਸ ਵਾਰਡ 'ਚ ਦਿੱਤੀ ਵੀ ਜਿੱਥੇ ਬਈ ਮੇਰਾ ਕਦੇ ਰਸੂਖ ਜਾਂ ਜਾਣ ਨਾ ਆਉਣ ਮੈਂ ਕਿਹਾ ਜੀ ਮੈਨੂੰ ਸਾਰੇ ਸ਼ਹਿਰ ਜਿੱਥੇ ਮਰਜ਼ੀ ਦੇ ਦਿਉ ਮੇਰੇ ਸਾਰੇ ਲੋਕ ਸਾਰੇ ਪਬਲਿਕ ਸਾਰਾ ਮੇਰਾ ਭਾਈਚਾਰਾ ਫਿਰ ਮੇਰੇ ਨੂੰ ਇਹਨਾਂ ਨੇ 9 ਨੰਬਰ ਵਾਰਡ 'ਚ ਜਿਹੜਾ ਅੱਜ ਨਿਊ ਕਲੋਨੀ ਦੇ ਨਾਂ 'ਤੇ ਵੱਜਦਾ ਉਸ ਵਾਰਡ 'ਚ ਇਹਨਾਂ ਨੇ ਮੈਨੂੰ ਟਿਕਟ ਦਿੱਤੀ ਅਤੇ ਮੈਂ ਉੱਥੇ ਬਹੁਤ ਵੱਡੇ ਢੰਗ ਨਾਲ ਵਧੀਆ ਢੰਗ ਨਾਲ ਬਾਬਾ ਜਗਰੂਪ ਸਿੰਘ ਇਹਨਾਂ ਨੇ ਅਕਾਲੀਆਂ ਨੇ ਆਪਣੇ ਵੱਲੋਂ ਛੱਡਿਆ ਸੀ ਜਦ ਮੈਂ ਟਿਕਟ 'ਤੇ ਮੇਰਾ ਨਾਂ ਅਨਾਊਂਸ ਕਰਤਾ ਤਾਂ ਬਾਬਾ ਜਗਰੂਪ ਉਸ ਟਾਈਮ ਹੀ ਸਿਲੰਡਰ ਕਰ ਗਿਆ ਵੀ ਇਹਨਾਂ ਨੇ ਸਪੋਰਟਸ ਦੇ ਥੰਮ ਨੂੰ ਟਿਕਟ ਦੇ ਤੀ
ਅਤੇ ਬਾਬਾ ਜਗਰੂਪ ਦਾ ਉਸ ਨਿਊ ਕਲੋਨੀ ਦੇ ਵਿੱਚ ਘਰ ਵੀ ਪੈਂਦਾ ਸੀ ਅਤੇ ਉਹ ਵਿਡਰਾ ਹੀ ਕਰ ਗਿਆ, ਪਹਿਲਾਂ ਹੀ ਸਿਲੰਡਰ ਕਰ ਗਿਆ ਵੀ ਮੈਂ ਨਹੀਂ ਇਲੈਕਸ਼ਨ ਲੜਨ। ਫਿਰ ਇਹਨਾਂ ਨੇ ਕਹਾ ਉਹ ਗਰੀਬ ਬਸਤੀ ਸੀਗੀ, ਸਾਰੇ ਕਾਮਰੇਡ ਦਾ ਸਾਰਾ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਸੀ ਕਾਮਰੇਡ ਘੋਲਾ ਜੀ, ਫਿਰ ਇਹਨਾਂ ਨੇ ਉਹਨੂੰ ਖੜਾਇਆ ਅਤੇ ਹੋਰ ਕਾਫੀ ਆਲੇ ਦੁਆਲੇ ਜਿਹੜਾ ਪੁਰਾਣਾ ਕਾਂਗਰਸੀ ਖੜਾ ਸੀ ਸਾਡੇ, ਇਹਨਾਂ ਨੇ ਕਿਹਾ ਵੀ ਸਵਰ ਨੂੰ ਅਸੀਂ ਬਈ ਇਸੇ, ਸਾਡੇ ਕਾਂਗਰਸੀਆਂ ਨੇ ਵੀ ਕੋਸ਼ਿਸ਼ ਕੀਤੀ ਮੈਨੂੰ ਹਰਾਉਣ ਦੀ, ਅਕਾਲੀ ਦਲ ਨੇ ਤਾਂ ਕਰਨੀ ਹੋਈ, ਪਰ ਮੈਂ ਬਹੁਤ ਵੱਡੀ ਲੀਡ ਨਾਲ ਜਿੱਤਣਾ ਅਤੇ ਉਦੋਂ ਮੈਂ ਸ਼ਹਿਰ ਦਾ ਕੌਂਸਲਰ ਬਣਿਆ। ਅਤੇ ਪਰ ਮੈਨੂੰ ਅਫਸੋਸ ਇਹ ਆ ਵੀ ਵੀਹਵੀਂ ਸਾਲ 5 ਸਾਲ ਪਹਿਲਾਂ ਮੈਨੂੰ ਕਹਿੰਦੇ ਤੈਨੂੰ ਸ਼ਹਿਰ ਦਾ ਪ੍ਰਧਾਨ ਬਣਾਓ, ਪਰ ਮੈਨੂੰ ਪ੍ਰਧਾਨ ਨਹੀਂ ਬਣਾਇਆ ਅਤੇ ਉਹਨਾਂ ਨੇ ਉਪ ਪ੍ਰਧਾਨ ਬਣਾਇਆ। ਮੈਂ ਉਹਨਾਂ ਦਾ ਉਸ ਗੱਲ ਵਿੱਚ ਵੀ ਧੰਨਵਾਦੀ ਹਾਂ ਕਿ ਮੈਂ ਤਾਂ ਲੋਕਾਂ ਦੀ ਸੇਵਾ ਕਰਨ ਵਾਲਾ ਬੰਦਾ ਅਤੇ ਸੇਵਾ ਕਰਨੀ ਚਾਹੁੰਦਾ। ਇਸ ਨਿਊ ਕਲੋਨੀ ਵਾਰਡ ਦੇ ਵਿੱਚ ਤੁਸੀਂ ਬਹੁਤ ਵਧੀਆ ਕਾਰਜਗੁਜ਼ਾਰੀ ਕੀਤੀ, ਇਹ ਉਹ ਵਾਰਡ ਅੱਜ ਨਗਰ ਕੌਂਸਲਰ ਤੋਂ ਬਾਹਰ ਕੱਢ ਦਿੱਤਾ ਗਿਆ, ਇਸ ਬਾਰੇ ਤੁਹਾਡਾ ਕੀ ਕਹਿਣਾ? ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਮੈਂ ਅੰਦਰਲੀਆਂ ਗਹਿਰਾਈਆਂ 'ਚੋਂ ਆਪਣੇ ਦਿਲ, ਮੇਰਾ ਮਨ ਇੰਨਾ ਦੁਖੀ ਹੋਇਆ ਜਿਹੜਾ ਤੁਸੀਂ ਇਹ ਸਵਾਲ ਕੀਤਾ ਕਿ ਉਹ ਗਰੀਬ ਗੁਰਬਾ ਸਾਰੇ ਸ਼ਹਿਰ ਦਾ, ਇੱਕ ਪਾਸੇ ਗਰੀਬਾਂ ਨੂੰ ਇੱਕ ਕਲੋਨੀ ਸਰਕਾਰ ਨੇ ਬਣਾ ਕੇ ਦਿੱਤੀ ਸੀ, ਉੱਥੇ ਹਰ ਸ਼ਹਿਰੀ ਗਰੀਬ ਰੇਖਾ ਦੇ ਅਲੱਗੋ ਮਜ਼ਹਬ ਦੇ ਸਾਰੇ ਬੰਦਿਆਂ ਨੂੰ ਉੱਥੇ ਕਲੋਨੀਆਂ ਦਿੱਤੀਆਂ ਹੋਈਆਂ ਸੀਗੀਆਂ। ਮੈਂ ਪਹਿਲੀ ਵਾਰ ਉੱਥੇ ਇਲੈਕਸ਼ਨ ਲੜਿਆ ਅਤੇ ਮੈਂ ਉਹਨੂੰ ਆਪਣੇ ਘਰ ਵਾਂਗੂ ਆਪਣਾ ਇਹ ਨਿੱਜੀ ਤੌਰ 'ਤੇ ਜਾਣ ਕੇ ਮੈਂ ਉੱਥੇ ਤਨ ਮਨ ਧੰਨ ਆ, ਉੱਥੇ ਪਾਣੀ ਐਂ ਖੜਦਾ ਸੀ, ਮੱਛਰ ਇੰਨਾ ਦੇਖ ਨਹੀਂ ਸੀ ਹੁੰਦਾ ਉਹਨਾਂ ਲੋਕਾਂ ਦਾ ਮੇਰੇ ਤੋਂ ਹਾਲ, ਮੈਂ ਰਾਤ ਦਿਨ ਇੱਕ ਕਰਕੇ ਮੈਂ ਕਮੇਟੀ 'ਚ ਇੱਕੋ ਮੇਰੀ ਗੱਲ ਸੀ ਵੀ ਮੈਨੂੰ ਕਿਸੇ ਚੀਜ਼ ਦੀ, ਮੈਂ ਅਣਥੱਕ ਵਰਕਰ ਸੀ ਵੀ ਮੈਨੂੰ ਮੇਰੀ ਕਲੋਨੀ ਦਾ, ਗਰੀਬ ਵਾਸੀਆਂ ਦਾ ਕੰਮ ਹੋਣਾ ਚਾਹੀਦਾ ਪਹਿਲ ਦੇ ਆਧਾਰ 'ਤੇ। ਉੱਥੇ ਮੈਂ ਸੀਵਰੇਜ ਪਵਾਇਆ, ਸਟਰੀਟ ਲਾਈਟਾਂ ਲਵਾਈਆਂ, ਸਾਰੀਆਂ ਗਲੀਆਂ ਨਾਲੀਆਂ ਬਣਾਈਆਂ ਅਤੇ ਉੱਥੇ ਇੱਕ ਪਾਰਕ ਸੀਗੀ ਉਹਦਾ ਮੈਂ 10 ਲੱਖ ਰੁਪਈਆ ਉਹ ਪਾਸ ਕਰਾਇਆ ਅਤੇ ਉੱਥੇ 1 ਕਰੋੜ ਰੁਪਈਆ ਸਰਕਾਰ ਦਾ ਲੱਗ ਚੁੱਕਿਆ। ਮੇਰੇ ਤੋਂ ਬਾਅਦ ਵੀ 4-5 ਕੌਂਸਲਰ ਉੱਥੇ ਸ਼ਹਿਰ ਦੇ ਸਮੇਂ ਸਮੇਂ ਨਾਲ ਬਣਦੇ ਰਹੇ, ਪਰ ਮੈਨੂੰ ਇੰਨਾ ਸਭ ਤੋਂ ਵੱਡਾ ਮੈਨੂੰ ਲਾਈਫ ਦਾ ਇਹ ਦੁੱਖ ਹੋਇਆ ਵੀ ਉਸ ਕਲੋਨੀ ਨੂੰ ਸਰਕਾਰ ਦਾ 1 ਕਰੋੜ ਰੁਪਈਆ ਲੱਗਿਆ ਅਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਆ ਅਤੇ ਅੱਜ ਉਸ ਕਲੋਨੀ ਨੂੰ ਨਗਰ ਪੰਚਾਇਤ ਦੀ ਹੱਦ ਤੋਂ ਬਾਹਰ ਕਰਤਾ ਵੀ ਇਹ ਇਹਦਾ ਜਿੱਡਾ ਵੱਡਾ ਮੈਨੂੰ ਦੁੱਖਾ। ਮੈਂ ਹੁਣ ਜਦ ਅਮੈਰੀਕਾ ਤੋਂ ਆਇਆ ਅਤੇ ਮੈਨੂੰ ਇਹਦਾ ਸਭ ਤੋਂ ਵੱਡਾ, ਕਿਉਂਕਿ ਸਾਡੇ ਹੁਣ ਜਿਹੜੀ ਇੱਥੇ ਕਾਂਗਰਸ ਦੀ ਟੀਮ ਆ, ਡਾਕਟਰ ਅਮਰ ਸਿੰਘ MP ਸਾਹਿਬ ਨੇ ਬਹੁਤ ਸੁਭਾਅ ਦੇ ਚੰਗੇ ਔਰ ਬੜੇ ਫਰਾਕ ਦਿਲ, ਉਹਨਾਂ ਦੇ ਬੇਟੇ ਨੇ ਮੂਹਰੇ ਕਮਲ ਜੀ ਕੰਮ ਕਰਦੇ, ਮੈਂ ਉਹਨਾਂ ਨਾਲ ਇਸ ਬਾਰੇ ਜ਼ਿਕਰ ਵੀ ਕਰ ਚੁੱਕੇ ਹਾਂ ਵੀ ਮੈਨੂੰ ਸਭ ਤੋਂ ਵੱਡਾ ਵੀ ਇੱਕ ਦੁੱਖ ਲੱਗਿਆ ਵੀ ਮੇਰੇ ਸ਼ਹਿਰ ਦੀ ਜਿੱਥੇ ਮੈਂ ਕੌਂਸਲਰ, ਮੇਰਾ ਫਿਊਚਰ ਸਿਆਸਤ ਦਾ ਸ਼ੁਰੂ ਹੋਇਆ ਵੀ ਉਹਨੂੰ ਸ਼ਹਿਰ 'ਚੋਂ ਬਾਹਰ ਕੱਢਤਾ, ਵੀ ਇਹਦਾ ਕਾਰਨ ਮੈਨੂੰ ਵੀ ਸਮਝ ਨਹੀਂ ਲੱਗੀ ਵੀ ਇਹਦੇ ਬਾਰੇ। ਫਿਰ ਮੈਨੂੰ ਕਮਲ ਜੀ ਨੇ ਭਰੋਸਾ ਦਿੱਤਾ ਸੀ ਵੀ ਇਹ ਜਲਦ ਹੀ ਆਹ, ਉਹ ਤੋਂ ਬਾਅਦ ਲੋਕਡਾਊਨ ਹੋ ਗਿਆ ਵੀ ਜਲਦ ਇਹਨੂੰ ਵਿੱਚ ਲਿਆ ਕੇ ਵੀ ਅਸੀਂ ਨਗਰ ਪੰਚਾਇਤ ਦੀ ਹਦੂਦ ਦੇ ਵਿੱਚ, ਮੈਨੂੰ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਸੰਦੀਪ ਸੰਧੂ ਜੀ, ਕਿਉਂਕਿ ਅੱਜ ਕੱਲ੍ਹ ਮੇਰਾ ਬੇਟਾ ਜ਼ਿਲ੍ਹੇ ਦਾ ਪ੍ਰਧਾਨ ਆ ਅਤੇ ਮੈਂ ਉਹਦੇ ਕੋਲ ਮੰਗ ਰੱਖੀ ਵੀ ਕਾਕਾ ਹੁਣ ਤੋਂ ਕਾਂਗਰਸ ਦਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਬਈ, ਮੈਨੂੰ ਤਾਂ ਮੇਰੇ ਉਹ ਗਰੀਬ ਲੋਕ, ਮੇਰਾ ਮਨ ਇੰਨਾ ਦੁਖੀ ਹੋਇਆ ਵੀ ਜਦ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢਤਾ। ਇਹਦੇ ਬਾਰੇ ਫਿਰ ਉਹਨੇ ਮੇਰੀ ਡਾਕਟਰ ਅਮਰ ਸਿੰਘ MP ਸਾਹਿਬ ਦੇ ਬੇਟੇ ਨਾਲ ਗੱਲ ਕਰਾਈ, ਉਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਅਤੇ ਉਹਨਾਂ ਨੇ ਸੰਦੀਪ ਸੰਧੂ ਨਾਲ ਆਪਣੇ ਜਿਹੜੇ ਆਪਣੇ ਰਾਜਾ ਸਾਹਿਬ ਦੇ ਨਿੱਜੀ ਸਕੱਤਰ ਨੇ, ਸਿਆਸੀ ਸਕੱਤਰ ਨੇ, ਉਹਨਾਂ ਨਾਲ ਵੀ ਮੈਨੂੰ ਵਿਸ਼ਵਾਸ ਦਿਵਾਇਆ ਵੀ ਇਹਨੂੰ ਅਸੀਂ ਜਲਦ ਲੋਕਡਾਊਨ ਖੁੱਲ੍ਹਦੇ ਤੋਂ ਬਾਅਦ ਮੇਰਾ ਪਹਿਲਾ ਮਿਸ਼ਨ ਇਹੀ ਹੋਊਗਾ, ਕਿਉਂਕਿ ਉਹਨੂੰ ਆ ਸਰਕਾਰ ਕਾਂਗਰਸ ਦੀ 'ਚ ਹੁੰਦੇ ਹੁੰਦੇ ਮੈਂ ਰਾਜਾ ਸਾਹਿਬ ਕੋਲ ਬੇਨਤੀ ਆਪ ਵੀ ਨਾਲ ਮਿਲ ਕੇ ਜਾ ਕੇ ਕਰਕੇ ਉਹਨੂੰ ਸ਼ਹਿਰ ਦੀ ਹਦੂਦ ਦੇ ਵਿੱਚ ਲਿਆਉਣ ਦੀ 100% ਕੋਸ਼ਿਸ਼ ਕਰਾਂਗੇ। ਤੁਸੀਂ ਵਿਦੇਸ਼ ਵਿੱਚ ਜਾ ਕੇ ਕੈਪਟਨ ਸਾਹਿਬ ਦੀ ਸਰਕਾਰ ਬਣਾਉਣ ਦੇ ਲਈ ਵੱਡੀਆਂ ਵੱਡੀਆਂ ਮੀਟਿੰਗਾਂ ਕੀਤੀਆਂ, ਇਸ ਬਾਰੇ ਤੁਸੀਂ ਕੀ ਕਹੋਗੇ? ਸਲੈਨ ਜੀ, ਕਾਂਗਰਸ ਦੇ ਵਿੱਚ ਮੈਂ ਸ਼ੁਰੂ ਤੋਂ ਹੀ, ਜਿਵੇਂ ਮੈਨੂੰ ਜਨੂੰਨ ਆ ਨਾ ਜੀ ਇੱਕ ਕਿਸਮ ਦਾ ਕਾਂਗਰਸ ਪਾਰਟੀ ਦੀ, ਮੈਂ ਇੱਕ ਅੰਦਰੂਨੀ ਆਪਣੀ ਆਤਮਾ ਤੌਰ 'ਤੇ ਸੇਵਾ ਕਰਦਾ, ਨਾ ਕਿ ਕਿਸੇ ਲੀਡਰ ਦੇ ਕਹਿਣ 'ਤੇ। ਇਹ ਮੈਂ ਇੱਥੇ ਰਹਿੰਦੇ ਵੀ ਮੇਰਾ, ਜਦ ਮੈਂ ਇੰਡੀਆ 'ਚ ਹਾਂ, ਜਦ ਕੋਈ ਇਲੈਕਸ਼ਨ ਹੁੰਦੀ ਹੈ, ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਪੈਲ ਹਲਕਾ ਪੈਂਦਾ, ਮੈਨੂੰ ਉਹਨਾਂ ਨੇ ਕਦੇ ਕਿਹਾ ਨਹੀਂ ਵੀ ਸਾਡੀ ਇੱਥੇ ਮਦਦ ਕਰਨ ਆਓ ਜਾਂ ਕੀ ਆ। ਸਾਡੇ ਜਿਹੜੇ ਆਲੇ ਦੁਆਲੇ ਕਾਂਸਟੀਚੁਐਂਸੀ ਦੇ ਜਿੱਥੇ ਮੇਰੇ ਲਿੰਕ ਹੁੰਦੇ ਨੇ, ਮੈਂ ਉੱਥੇ ਬਿਨਾਂ ਦੱਸੇ ਬਿਨਾਂ ਅਗਲੇ ਦੇ ਕਹੇ ਅਤੇ ਆਪ ਜਿਵੇਂ ਭੱਜ ਕੇ ਜਾਣਦੀ ਵੀ ਆਹ ਹਲਕੇ 'ਚ ਮੇਰਾ ਕਾਂਗਰਸੀ ਬੈਠਾ, ਇਹ ਮੇਰੇ 'ਚ ਇੱਕ ਜਨੂੰਨ। ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਵੀ ਇੱਕ ਇਤਿਹਾਸ 'ਤੇ ਮੇਰੀ ਇੰਨੀ ਸਤਿਕਾਰ ਕਰਦੇ ਨੇ, ਮੈਂ ਉਹਨਾਂ ਨੂੰ ਕਿਹਾ ਅੰਕਲ ਜੀ ਆਪਾਂ ਗੋਸਲਾ ਪਿੰਡ 'ਚ ਸਾਰੀ, ਮੈਂ ਕਿਹਾ ਉੱਧਰ ਮੇਰਾ, ਮੈਂ ਸੰਤਾਂ ਨਾਲ ਸਾਧਾਂ ਨਾਲ ਕਾਫੀ ਰਹਿੰਦਾ ਸੀ,
ਅਤੇ ਮੇਰਾ ਸਾਧਾਂ ਨਾਲ ਸੰਤਾਂ ਨਾਲ ਰਹਿਣ ਕਰਕੇ ਪਬਲਿਕ 'ਚ ਬੜਾ ਮੇਰਾ ਆਲੇ ਦੁਆਲੇ ਹਲਕੇ 'ਚ ਕਾਫੀ ਮੇਰਾ ਪ੍ਰਭਾਵ ਅਤੇ ਲੋਕ ਇੱਜ਼ਤ ਉਸ ਕਰਕੇ ਵੀ ਸੰਤਾਂ ਦਾ ਸੰਗ ਕਰਨ ਕਰਕੇ ਗੁਰੂ ਦਾ ਸੰਗ ਕਰੋ ਤਾਂ ਤੁਸੀਂ ਹਰ ਗੱਲਾਂ ਉਹਦੇ ਨਾਲ ਤੁਹਾਡੇ ਨਾਲ ਸੰਗਤ ਜੁੜਦੀ ਹੈ। ਮੈਂ ਉੱਥੇ ਗੋਸਲਾ ਪਿੰਡ ਆਮ ਜਾਂਦਾ ਹੁੰਦਾ ਸੀ ਅਤੇ ਮੈਂ ਸਾਰੇ ਪਿੰਡ ਨੂੰ ਬੇਨਤੀ ਕੀਤੀ, ਮੈਂ ਕਿਹਾ ਯਾਰ ਸਰਦਾਰ ਤੇਜ ਪ੍ਰਕਾਸ਼ ਸਿੰਘ ਇੰਨੇ ਸਿਆਣੇ ਔਰ ਇੰਨੇ ਇਮਾਨਦਾਰ ਅਤੇ ਇੰਨੇ ਮਤਲਬ ਬੇਅੰਤ ਪਰਿਵਾਰ ਦੀ ਆਪਾਂ ਦੇਣੇ ਨਹੀਂ ਦੇ ਸਕਦੇ ਵੀ ਐਗਤੀ ਵੋਟਾਂ ਆਪਾਂ ਯਾਰ ਤੁਸੀਂ ਅੱਗੇ ਕਿਹਨੂੰ ਪਾਉਂਦੇ ਹੋ? ਕਹਿੰਦੇ ਵੀ ਅਸੀਂ ਕਾਂਗਰਸ ਨੂੰ ਕਦੇ ਵੋਟ ਨਹੀਂ ਪਾਈ। ਮੈਂ ਕਿਹਾ ਯਾਰ ਇਹ ਤਾਂ ਗੱਲ ਮਾੜੀ ਗੱਲ ਆ, ਮੈਂ ਇੱਕ ਕਾਂਗਰਸੀ ਇੱਕ ਅਲੱਗ ਜਮਾਤ ਨੂੰ ਤੁਸੀਂ ਕਿਸੇ ਨੂੰ ਮਾੜਾ ਨਾ ਗਿਣੋ ਵੀ ਕਿਸੇ ਗੱਲ 'ਚ। ਮੈਂ ਕਿਹਾ ਮੈਂ ਕਾਂਗਰਸ ਨਾਲ ਜੁੜਿਆ ਹੋਇਆ ਵੀ ਤੁਹਾਡੇ ਕੋਈ ਤੁਹਾਨੂੰ ਕੰਮਾਂ ਦੀ ਕਾਰਾਂ ਦੀ ਕੋਈ ਤੁਹਾਨੂੰ ਕੋਈ ਤਕਲੀਫ ਆ? ਅਤੇ ਮੈਂ ਕਿਹਾ ਉਹ ਹਰ ਗੱਲ ਆਪਾਂ ਪੂਰੀ ਕਰਾਂਗੇ। ਉਹ ਕਹਿੰਦੇ ਅਸੀਂ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਾਂ, ਅਸੀਂ ਕਾਂਗਰਸ ਨੂੰ ਵੋਟ ਵੀ ਕਦੇ ਪਾਈ ਨਹੀਂ। ਮੈਂ ਕਿਹਾ ਯਾਰ ਐਗਤੀ ਮਨ ਬਣਾਓ ਵੀ ਆਪਾਂ ਟੋਟਲ ਪਿੰਡ ਨਹੀਂ ਸਾਰਿਆਂ ਨੇ ਤੇਜ ਪ੍ਰਕਾਸ਼ ਜੀ ਨੂੰ ਵੋਟ ਪਾਉਣੀ। ਹਾਲਾਂਕਿ ਮੈਂ ਜਾ ਕੇ ਤੇਜ ਪ੍ਰਕਾਸ਼ ਜੀ ਨਾਲ ਗੱਲ ਕੀਤੀ, ਮੈਂ ਅੰਕਲ ਜੀ ਆਪਾਂ ਗੋਸਾ ਬਣਾ ਪਿੰਡ 'ਚ ਆਪਣੇ ਵਾਕਫ ਹੈਗੇ, ਮੈਨੂੰ ਕਹਿੰਦੇ ਸਵਰਨ ਵੀ ਉੱਥੇ ਤਾਂ ਆਪਾਂ ਨੂੰ ਕਦੇ ਉਹਨਾਂ ਨੇ ਵੋਟ ਨਹੀਂ ਪਾਈ, ਕਿਸਾਨ ਯੂਨੀਅਨ ਦਾ ਪਿੰਡ। ਮੈਂ ਕਿਹਾ ਜੀ ਐਗਤੀ ਸਾਰੇ ਪਿੰਡ ਆਪਣੇ ਨਾਲ ਜੇ ਵੋਟਾਂ ਪਵਾਰੀਏ? ਕਹਿੰਦੇ ਫਿਰ ਤੁਹਾਨੂੰ ਵੱਡੀ ਤਾਂ ਗੱਲ ਹੀ ਨਹੀਂ ਹੋ ਸਕਦੀ। ਮੈਂ ਸਰਦਾਰ ਤੇਜ ਪ੍ਰਕਾਸ਼ ਜੀ ਨੂੰ ਬੇਨਤੀ ਕੀਤੀ, ਉੱਥੇ ਪਿੰਡ ਲਿਆਂਦਾ, ਸਾਰਾ ਹੀ ਪਿੰਡ ਇੱਕ ਪਾਸੇ ਇਕੱਠਾ ਹੋ ਕੇ ਉਹਨਾਂ ਨੇ ਤੇਜ ਪ੍ਰਕਾਸ਼ ਜੀ ਨੂੰ ਵਿਸ਼ਵਾਸ ਦਵਾਇਆ। ਵਿਸ਼ਵਾਸ ਨਹੀਂ ਦਵਾਇਆ ਤਾਂ ਉਹਨਾਂ ਨੇ ਉਸ ਪਿੰਡ 'ਚੋਂ ਪੂਰੀ ਲੀਡ ਕਾਂਗਰਸ ਸਰਕਾਰ ਨੂੰ ਤੇਜ ਪ੍ਰਕਾਸ਼ ਜੀ ਦੇ ਸਮੇਂ ਅਤੇ ਜਿੱਤ ਪ੍ਰਾਪਤ ਕਰਾਈ। ਗੋਸਲਾ ਪਿੰਡ ਸਾਰੇ ਦੇ ਸਾਰੇ ਨੇ ਮਤਲਬ ਸਰਦਾਰ ਜੀ ਨੂੰ ਵੋਟਾਂ ਪਾਈਆਂ। ਮੈਨੂੰ ਹੁਣ ਸਾਡੀ ਸਰਕਾਰ ਸੀ, ਕੈਪਟਨ ਸਾਹਿਬ ਖੜ੍ਹੇ ਸੀ, ਮੈਂ ਤਾਂ ਇਹਨਾਂ ਨੇ ਪਿਛਲੇ 5 ਸਾਲ ਜਿਹੜੇ ਪਹਿਲਾਂ ਲਾਏ ਨੇ ਔਰ ਇਤਿਹਾਸ ਦੇ ਵਿੱਚ ਜਿੰਨੇ ਕੰਮ ਕੈਪਟਨ ਸਾਹਿਬ ਦੇ ਹੁੰਦੇ ਹੋਏ ਨੇ, ਅਕਾਲੀਆਂ ਨੇ ਲੁੱਟਿਆ ਔਰ ਕੁੱਟਿਆ ਹੀ ਆ ਅਤੇ ਨਸ਼ੇ 'ਚ ਗਲਤਾਨ ਕਰਤੇ ਸਾਰੀ ਦੁਨੀਆ ਨੂੰ, ਪਰ ਕੈਪਟਨ ਸਾਹਿਬ ਦੀ ਸਰਕਾਰ ਨੂੰ ਲੋਕ ਯਾਦ ਕਰਦੇ ਸੀ। ਅਤੇ ਉਦੋਂ ਫਿਰ ਮੇਰੇ ਮਨ 'ਚ ਹੋਇਆ ਵੀ ਕੈਪਟਨ ਸਾਹਿਬ ਦੀ ਸਰਕਾਰ ਲਈ ਮੈਂ ਵਿਦੇਸ਼ 'ਚ ਲੋਕਾਂ ਨੂੰ ਲਾਮਬੰਦ ਕਰਾਂ। ਮੈਂ ਨਿਊ ਜਰਸੀ ਰਹਿੰਦਾ ਸੀ, ਨਿਊ ਜਰਸੀ ਤੋਂ ਮੇਰਾ ਕਨੇਡਾ 'ਚ ਮੇਰੇ ਬਹੁਤ ਪਰਿਵਾਰ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ। ਮੈਂ 22 ਕਾਰ ਨਿਊ ਜਰਸੀ ਅਮੈਰੀਕਾ ਤੋਂ ਕਈ ਸਟੇਟਾਂ 'ਚ ਗਿਆ, ਮਿਸ਼ੀਗਨ ਮੇਰੇ ਕਾਫੀ ਰਿਲੇਸ਼ਨ ਦੇ ਬੰਦੇ ਨੇ, ਇੱਕ ਮੀਟਿੰਗ ਮੈਂ ਉੱਥੇ ਕੀਤੀ, ਇੱਕ ਮੀਟਿੰਗ ਮੈਂ ਅਡਿਆਨਾ ਕੀਤੀ, ਫਿਰ ਮੈਂ 22 ਕਾਰ ਕਨੇਡਾ ਚਲੇ ਗਿਆ। ਉੱਥੇ ਮੇਰੇ ਕਾਫੀ ਰਿਸ਼ਤੇਦਾਰ ਨੇ, ਉੱਥੇ ਫਿਰ ਇੱਕ ਪੈਲਸ ਵੱਡਾ ਕਰਕੇ ਫਿਰ ਉਹਨਾਂ ਵਿੱਚ ਮੈਂ ਉੱਥੇ ਮੀਟਿੰਗ ਕੀਤੀ। ਉਹ ਮੈਨੂੰ ਕੋਈ ਇਹ ਨਹੀਂ ਸੀਗਾ ਵੀ ਮੈਨੂੰ ਕੋਈ ਕਾਂਗਰਸ ਨੇ ਡਿਊਟੀ ਲਾਈ ਹੋਈ ਹੈ, ਮੇਰੇ ਅੰਦਰ ਜਨੂੰਨ ਸੀ ਵੀ ਸਾਡੀ ਪਾਰਟੀ ਹੈ ਜਿੱਤਣੀ ਚਾਹੀਦੀ ਹੈ ਅਤੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਵਰਗਾ ਚੀਫ ਮਿਨਿਸਟਰ ਬਣੇ ਤਾਂ ਸਾਡੇ ਪੰਜਾਬ ਦਾ ਕੋਈ ਨਾ ਕੋਈ ਬਈ ਇਹਦਾ ਸੁਧਾਰ ਹੋ ਸਕੇ। ਪਰ ਕੈਪਟਨ ਸਾਹਿਬ ਕਰਨ ਕੀ, ਕਿਉਂਕਿ ਬਾਦਲਾਂ ਨੇ ਇਹਨੂੰ ਪੰਜਾਬ ਨੂੰ ਨਿੰਬੂ ਵਾਂਗੂ ਨਿਚੋੜ ਕੇ ਰੱਖਤਾ, ਉਹ ਇੰਨਾ ਇਹਦਾ ਨੰਘਾਰ ਲਿਆ ਤਾ 10 ਸਾਲਾਂ 'ਚ, ਉਹਦੇ ਲਈ ਚੱਕਦੇ ਚੱਕਦੇ ਨੂੰ ਕੈਪਟਨ ਸਾਹਿਬ ਦੀ ਇੰਨਾ ਵਜਨ ਕਰਜ਼ਿਆਂ ਦੀਆਂ ਪੰਡਾਂ ਸਿੱਟਤੀਆਂ, ਉਹ ਹੁਣ ਥਾਈ ਚੱਕਦੇ ਚੱਕਦੇ ਵੀ ਕੈਪਟਨ ਸਾਹਿਬ ਦਾ ਬਈ ਅਸੀਂ ਧੰਨਵਾਦੀ ਹਾਂ ਵੀ ਜਿੰਨਾ ਕੁ ਉਹ ਆਪਣੇ ਵੱਲੋਂ ਕਰ ਸਕਦੇ ਨੇ। ਪਰ ਬਾਦਲ ਸਰਕਾਰ ਨੇ ਅਤੇ ਆ ਮੋਦੀ ਸਰਕਾਰ ਨੇ ਪੰਜਾਬ ਦੇ ਉਹ ਹਾਲਾਤ ਬਣਾ ਤੇ ਵੀ ਜਿਹੜਾ ਅੱਜ ਤੋਂ 50 ਸਾਲ ਪਿੱਛੇ ਪਾਤਾ, ਪਰ ਇੰਨੇ ਪਿੱਛੇ ਪਏ ਹੋਏ ਵੀ ਮੈਂ ਕੈਪਟਨ ਸਾਹਿਬ ਨੂੰ ਤਕੜਾ ਮੰਨਦਾ ਜਿਹੜੀ ਅਜੇ ਵੀ ਉਹ ਸਰਕਾਰ ਚਲਾਈ ਜਾਵੇ। ਤੁਹਾਨੂੰ ਹੋਰ ਪਾਰਟੀਆਂ ਤੋਂ ਬਹੁਤ ਵੱਡੇ ਵੱਡੇ ਆਫਰ ਆਏ, ਤੁਸੀਂ ਨਗਰ ਕੌਂਸਲ ਪ੍ਰਧਾਨ ਦੀ ਆਫਰ ਵੀ ਠੁਕਰਾਈ, ਇਹ ਅਸੀਂ ਲੋਕਾਂ ਦੇ ਵਿੱਚ ਬਹੁਤ ਚਰਚਾ ਸੁਣੀਆਂ, ਸਾਡੇ ਨਾਲ ਸ਼ੇਅਰ ਕਰੋ। ਗੱਲ ਇਹ ਹੈ ਮੈਡਮ ਵੀ ਸਭ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਾਂ ਵੀ ਮੈਂ ਇੱਕ ਮੇਰੇ ਅੰਦਰ ਇੱਕ ਸਮਾਜ ਦੀ ਸੇਵਾ ਕਰਨਾ ਨਾ ਕਿ ਲਾਲਸਾ। ਜੇ ਹੁਣ ਥਾਈ ਮੈਂ ਜਿੰਨੀ ਕਾਂਗਰਸ ਪਾਰਟੀ 'ਚ ਮਿਹਨਤ ਕੀਤੀ ਹੈ, ਮੈਂ ਲਾਲਸਾ ਕਦੇ ਦਿਖਾਈ ਹੋਈ ਨਹੀਂ ਗਈ। ਮੈਂ ਆਪਣਾ ਵਰਕ ਕਰਦੇ ਗਏ ਹਾਂ ਵੀ ਲੋਕਾਂ ਦੀ ਸੇਵਾ ਕਰਨਾ ਮੇਰਾ ਮਿਸ਼ਨ ਆ। ਇਸੇ ਦੌਰ ਦੇ ਵਿੱਚ ਜਦ ਮੈਂ ਕੌਂਸਲਰ ਸੀਗਾ, ਅਕਾਲੀਆਂ ਦੀ ਸਰਕਾਰ ਉਹ ਤੋਂ ਬਾਅਦ ਆ ਗਈ ਅਤੇ ਉਹਨਾਂ ਨੇ ਜਗਦੀਸ਼ ਸਿੰਘ ਗਰਚਾ ਨੇ ਅਤੇ ਮੈਨੂੰ ਔਫਰ ਭੇਜੀ ਵੀ ਸਾਰੇ ਕੌਂਸਲਰਾਂ ਨੂੰ ਅਸੀਂ ਅੰਮ੍ਰਿਤਸਰ ਲੈ ਕੇ ਆਏ ਹੋਏ ਹਾਂ ਵੀ ਸਵਰਨ ਤੂੰ ਇੱਧਰੋਂ ਕਾਂਗਰਸ ਨੂੰ ਛੱਡ ਦੇ, ਸਾਡੇ ਕੰਨੀ ਆ ਜਾ ਅਤੇ ਤੈਨੂੰ ਸ਼ਹਿਰ ਦਾ ਪ੍ਰਧਾਨ ਬਣਾਉਂਦੇ। ਇਹਦੇ ਵਿੱਚ ਮੇਰਾ ਦੋਸਤ ਆ ਸਰਦਾਰ ਸਤਵੀਰ ਸਿੰਘ, ਪੰਜਾਬੀ ਟ੍ਰਿਬਿਊਨ ਦਾ ਐਡੀਟਰ ਸੀਗਾ ਅਤੇ ਉਹ ਗਰਚਾ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਸੀ। ਉਹ ਮੈਨੂੰ ਕਹਿੰਦਾ ਆ ਸਵਰਨ, ਕਹਿੰਦਾ ਇੱਥੇ ਕੀ ਲੈਣਾ ਤੈਨੂੰ, ਕਾਂਗਰਸ ਨੇ ਹੁਣ ਤਾਈਂ ਕਦੇ ਦਿੱਤਾ ਨਹੀਂ, ਕੁਛ ਹੋਰ ਨਹੀਂ, ਤੈਨੂੰ ਪ੍ਰਧਾਨਗੀ ਪਹਿਲਾਂ ਤੂੰ 2 ਮਹੀਨੇ ਤੈਨੂੰ ਔਫਰ ਪ੍ਰਧਾਨਗੀ ਦੀ ਦਿੱਤੀ ਸੀ ਜਾਂ ਤੂੰ 6 ਕੌਂਸਲਰ ਜਿੱਤ ਕੇ ਦਿੱਤੇ ਆ, ਫਿਰ ਉਹ ਤੋਂ ਬਾਅਦ ਤੂੰ ਆਪ ਉਦੋਂ ਤੂੰ ਇਲੈਕਸ਼ਨ ਨਹੀਂ ਲੜਿਆ, ਫਿਰ ਤੂੰ ਇਲੈਕਸ਼ਨ ਲੜਿਆ ਤੈਨੂੰ ਪ੍ਰਧਾਨ ਉਹਨੇ ਕਾਂਗਰਸ ਨੇ ਫਿਰ ਨਹੀਂ ਬਣਾਇਆ, ਤੈਨੂੰ ਉਪ ਪ੍ਰਧਾਨ ਬਣਾਇਆ, ਵੀ ਤੈਂ ਲੈਣਾ ਕੀ ਹੈ? ਮੈਂ ਬੜੇ ਦੁੱਖ ਨਾਲ ਮੈਂ ਉਹਨੂੰ ਕਿਹਾ, ਮੈਂ ਭਾਜੀ ਵੀ ਮੇਰੇ ਨਾ ਜਿਵੇਂ ਕਲੇਜਾ ਕੱਢਦੇ ਉਹਨੂੰ ਵੀ ਜੀ ਕਾਂਗਰਸ ਦਾ ਨਾਂ ਛੱਡ ਕੇ ਜਾਣਾ ਮੇਰਾ ਕਲੇਜਾ ਕੱਢਣ ਦੇ ਮੁਕਾਬਲੇ, ਮਤਲਬ ਮੇਰਾ ਬਾਕੀ ਦੇਣਾ ਲੈਣਾ ਕੈਪਟਨ ਸਾਹਿਬ, ਪਰ
ਸਾਡੇ ਉਹ ਹੁਣ ਇਹੋ ਜਿਹੇ ਦੌਰ 'ਚ ਫਸ ਗਏ, ਅਸੀਂ ਉਹਨਾਂ ਨੂੰ ਕੀ ਕਹੀਏ ਵੀ ਸਾਨੂੰ ਕੋਈ ਚੌਧਰ ਦਿਓ ਜਾਂ ਸਾਨੂੰ ਇਹ ਦਿਓ, ਕਿਉਂਕਿ ਲੋਕਾਂ ਦੀ ਘੜੀ ਉਹ ਇਹੋ ਜਿਹੀ ਬੜੀ ਦੁੱਖ ਦੀ ਹੈ। ਪਰ ਮੇਰੇ ਬੇਟੇ ਅਤੇ ਇਹਨਾਂ ਨੂੰ ਉੱਪਰ ਜਿਹੜੇ ਲੀਡਰ ਨੇ ਇਹ ਬਹੁਤ ਜਾਣਦੀ ਉਹਨਾਂ ਦਾ ਸਤਿਕਾਰ ਕਰਦਾ, ਡਾਕਟਰ ਅਮਰ ਸਿੰਘ ਐਮ ਪੀ ਦਾ ਅਤੇ ਸੰਦੀਪ ਸੰਧੂ ਜੀ ਦਾ, ਜੋ ਹੁਕਮ ਲਾਉਂਦੇ ਨੇ ਇਹ ਰਾਤ ਦਿਨ ਉਹਨਾਂ ਦਾ ਵਜਾਉਂਦਾ। ਅਤੇ ਮੈਂ ਧੰਨਵਾਦ ਕਰਦਾ ਅਤੇ ਮੈਂ ਕਾਂਗਰਸ 'ਚ ਰਿਹਾ, ਕਾਂਗਰਸ 'ਚ ਰਹਿਣਾ ਅਤੇ ਮੈਂ ਸੇਵਾ ਕਰਦਾ ਰਹੂੰਗਾ। ਅਤੇ ਕਾਂਗਰਸ ਨੂੰ ਜੇ ਕੋਈ ਮੇਰੇ ਵਰਗੇ ਨਿਮਾਣੇ ਨੂੰ ਕਿਤੇ ਯੋਗ ਸਮਝੋ ਜੋ ਦੇਣਗੇ ਤਾਂ ਮੈਂ ਸਿਰ ਮੱਥੇ, ਨਹੀਂ ਦੇਣਗੇ ਤਾਂ ਵੀ ਮੈਂ ਕਾਂਗਰਸ ਪਾਰਟੀ ਦੀ ਅਤੇ ਮੈਂ ਤਾਂ ਸੇਵਾ ਕਰਦਾ, ਅਸੀਂ ਤਾਂ ਸਾਰਾ ਪਰਿਵਾਰ ਲੱਗਿਆ, ਬੇਟਾ ਵੀ ਲੱਗਿਆ, ਬਾਕੀ ਦੇਣਾ ਪਰਮਾਤਮਾ ਨੇ ਆ, ਉਹਨੂੰ ਪਤਾ ਕੀ ਹੈ। ਠੀਕ ਹੈ ਨਾ, ਇੰਨਾ ਕੁਛ ਕਹਿੰਦਾ ਹੋਇਆ ਅਤੇ ਮੈਂ ਤੁਹਾਡਾ ਤਾਂ ਇੰਨਾ ਧੰਨਵਾਦ ਕਰਦਾ ਜਿਹੜਾ ਮੇਰੇ ਇੱਕ ਨਿਮਾਣੇ ਜਿਹੇ ਬੰਦੇ ਦੀ ਤੁਸੀਂ ਇੰਟਰਵਿਊ ਲਈ ਹੈ। ਅੱਜ ਅਸੀਂ ਤੁਹਾਨੂੰ ਸਰਦਾਰ ਸਵੰਤ ਸਿੰਘ ਸੰਧੂ ਜੀ, ਸੀਨੀਅਰ ਕਾਂਗਰਸੀ ਆਗੂ ਨਾਲ ਰੂਬਰੂ ਕਰਾਇਆ। ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ, ਉਦੋਂ ਤੱਕ ਲਈ ਤੁਸੀਂ ਆਪਣੀ ਆਰਪੀ ਸਪਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।